ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪ ਸਭ ਦਾ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸੂਜੀ ਆਲੂ ਦੇ ਪਰੌਂਠੇ ਤੁਸੀਂ ਆਲੂ ਦੇ ਪਰੌਂਠੇ ਆਟੇ ਦੇ ਬਣੇ ਹੋਏ ਤਾਂ ਬਹੁਤ ਖਾਦੇ ਹੋਣਗੇ ਪਰ ਅੱਜ ਅਸੀਂ ਸੂਜੀ ਦੇ ਨਾਲ ਬਣਾਉਣ ਜਾ ਰਹੇ ਹਾਂ ਜਿਸ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਚਲੋ ਸਟਾਰਟ ਕਰਦੇ ਹਾਂ ਇਸ ਲਈ ਸਭ ਤੋਂ ਪਹਿਲਾਂ ਇੱਕ ਪੈਨ ਲਵਾਂਗੇ ਉਸ ਦੇ ਵਿੱਚ ਤੇਲ ਪਾਵਾਂਗੇ ਥੋੜਾ ਜਿਹਾ ਤੇ ਇਸ ਤੇਲ ਨੂੰ ਗਰਮ ਹੋਣ ਦਵਾਂਗੇ ਜਿਦੋਂ ਹੀ ਤੇਲ ਗਰਮ ਹੋ ਜਾਏਗਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲਸਣ ਨੂੰ ਐਡ ਕਰਾਂਗੇ ਜੇ ਤੁਸੀਂ ਲਸਣ ਨਹੀਂ ਖਾਂਦੇ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਆ ਪਰ ਲਸਣ ਦਾ ਜਕੀਨ ਮਾਨੂੰ ਇਸ ਡਿਸ਼ ਦੇ ਵਿੱਚ ਟੇਸਟ ਬਹੁਤ ਹੀ ਜ਼ਿਆਦਾ ਉੱਪਰ ਕੇ ਆਂਦਾ ਆ ਤੇ ਇਹ ਪਰੌਂਠੇ ਬਹੁਤ ਹੀ ਜ਼ਿਆਦਾ ਸਵਾਦ ਹੋ ਜਾਂਦੇ ਨੇ ਤੇ ਤੁਸੀਂ ਆਪਸ਼ਨਲ ਆ ਜੇ ਨਾ ਚਾਹੋ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਆ ਤੇ ਇਸ ਦੇ ਨਾਲ ਹੀ ਅਸੀਂ ਥੋੜਾ ਜਿਹਾ ਜੀਰਾ ਐਡ ਕੀਤਾ ਇਸ ਦੇ ਵਿੱਚ ਹੁਣ ਅਸੀਂ ਇਸ ਦੇ ਵਿੱਚ ਕੜੀ ਪੱਤਾ ਐਡ ਕਰ ਰਹੇ ਆ ਕੜੀ ਪੱਤਾ ਇਸ ਪਰੌਂਠੇ ਦੇ ਵਿੱਚ ਬਹੁਤ ਹੀ ਵਧੀਆ ਸਵਾਦ ਦਿੰਦਾ ਹੈਗਾ ਆ ਤੇ ਇਸ ਦੇ ਨਾਲ ਹੀ ਅਸੀਂ ਸਵਾਦ ਅਨੁਸਾਰ ਹਰੀਆਂ ਮਿਰਚਾਂ ਐਡ ਕਰ ਰਹੇ ਹਾਂ ਤੁਸੀਂ ਕਟਬੱਤ ਕਰ ਸਕਦੇ ਆ ਤੇ ਨਾਲ ਹੀ ਸਵਾਦ ਅਨੁਸਾਰ ਨਮਕ ਤੇ ਗਰਮ ਮਸਾਲਾ ਇਸ ਦੇ ਵਿੱਚ ਐਡ ਕੀਤਾ ਹੈਗਾ ਆ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਤੇ ਹੁਣ ਇਸ ਦੇ ਵਿੱਚ ਪਾਣੀ ਨੂੰ ਐਡ ਕਰ ਦਵਾਂਗੇ ਪਾਣੀ ਦੀ ਰੇਸ਼ਿਓ ਸੂਜੀ ਦੇ ਅਨੁਸਾਰ ਹੀ ਲੈਣੀ ਆ ਜਿੰਨੀ ਸੂਜੀ ਉਸ ਤੋਂ ਡਬਲ ਪਾਣੀ ਅਸੀਂ 1 ਕੌਲੀ ਸੂਜੀ ਦੀ ਲਈ ਹੈਗੀ ਆ ਤੇ ਇਸ ਲਈ 2 ਕੌਲੀਆਂ ਪਾਣੀ ਦੀਆਂ ਲਈਆਂ ਨੇ ਜੇ ਤੁਸੀਂ ਅੱਧੀ ਕੌਲੀ ਸੂਜੀ ਦੀ ਲੈ ਰਹੇ ਆ ਤਾਂ ਤੁਸੀਂ 1 ਕੌਲੀ ਪਾਣੀ ਦੀ ਲੈ ਲਿਓ ਜਿੰਨੀ ਸੂਜੀ ਉਸ ਤੋਂ ਜ਼ਿਆਦਾ ਪਾਣੀ ਤੇ ਇਸ ਨੂੰ ਲਗਾਤਾਰ ਚਲਾਉਂਦੇ ਰਵਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਇਸ ਟਾਈਮ ਤੇ ਗੈਸ ਦੀ ਆਂਚ ਵੀ ਸਲੋ ਕਰ ਦੇਣੀ ਹੈ ਕਿ ਆ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਣਾ ਕਿ ਕੋਈ ਵੀ ਲੰਮਸ ਗੁੱਟਲੀਆਂ ਇਸ ਦੇ ਵਿੱਚ ਨਾ ਰਹਿਣ ਦੋ ਤੋਂ ਤਿੰਨ ਮਿੰਟ ਹੀ ਲੱਗਦੇ ਨੇ ਇਸ ਨੂੰ ਬਣਾਉਣ ਦੇ ਵਿੱਚ ਇਸ ਬੈਟਰ ਨੂੰ ਰੈਡੀ ਕਰਨ ਦੇ ਲਈ ਬਸ ਲਗਾਤਾਰ ਇਸ ਦੇ ਵਿੱਚ ਥੋੜੀ ਥੋੜੀ ਸੂਜੀ ਕਰਕੇ ਜਿਹੜੀ ਆ ਉਹ ਐਡ ਕਰੀ ਜਾਣੀ ਹੈਗੀ ਆ ਇੱਕਦਮ ਸੂਜੀ ਐਡ ਨਹੀਂ ਕਰਨੀ ਨਹੀਂ ਤਾਂ ਉਸ ਉਸ ਦੇ ਗੱਠਾ ਬਚ ਜਾਣੀ ਗਿਆ ਇਸ ਤਰ੍ਹਾਂ ਦੇ ਨਾਲ ਆਪਾਂ ਐਡ ਕਰੀ ਜਾਵਾਂਗੇ ਤੇ ਨਾਲ ਹੀ ਜਲਦੀ ਜਲਦੀ ਦੇ ਨਾਲ ਮਿਕਸ ਕਰੀ ਜਾਵਾਂਗੇ ਤੇ ਹੁਣ ਇਹ ਬਿਲਕੁਲ ਰੈਡੀ ਹੈਗਾ ਆ ਤੇ ਹੁਣ ਅਸੀਂ ਇਸ ਨੂੰ ਇੱਕ ਬਰਤਨ ਦੇ ਵਿੱਚ ਪਲੇਟ ਵਿੱਚ ਕੱਢ ਲਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਹੁਣ ਹੱਥਾਂ ਦੇ ਨਾਲ ਜਿਸ ਤਰ੍ਹਾਂ ਆਟਾ ਆਪਾਂ ਗੁੰਨਦਿਆਂ ਉਸ ਤਰ੍ਹਾਂ ਦੇ ਨਾਲ ਗੁੰਨ ਲਵਾਂਗੇ ਇਸ ਰੈਸিপি ਦੇ ਲਈ ਡੋ ਬਿਲਕੁਲ ਰੈਡੀ ਹੈਗਾ ਆ ਬਸ ਇਸ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਗੁੰਨ ਰਹੇ ਹਾਂ एकदम ईवन हो जाए असी एक उबलिया हुआ आलू लिया है जिसनों चंकी तरह ग्रेट कर लिया है तो नाल ही प्याज से धनिया लिया है जिस स्वाद होर भी ज़्यादा उभर जाएगा ਹੁਣ ਅਸੀਂ ਆਲੂ ਨੂੰ ਇਸ ਡੋ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਤਾਂ ਕਿ ਬਾਈਂਡਿੰਗ ਬਹੁਤ ਵਧੀਆ ਹੋ ਜਾਏ ਤੁਸੀਂ ਚਾਹੋ ਤਾਂ ਇੱਕ ਤੋਂ ਵੱਧ ਵੀ ਆਲੂ ਐਡ ਕਰ ਸਕਦੇ ਆ ਆਲੂ ਤੁਸੀਂ ਆਪਣੇ ਹਿਸਾਬ ਨਾਲ ਜਿੰਨੇ ਜ਼ਿਆਦਾ ਪਰੌਂਠੇ ਬਣਾਉਣਾ ਚਾਹਦੇ ਹੋ ਉਨੇ ਜ਼ਿਆਦਾ ਆਲੂ ਇਸ ਦੇ ਵਿੱਚ ਐਡ ਕਰ ਲਿਓ ਇਸ ਪਰੌਂਠੇ ਦੇ ਵਿੱਚ ਕਾਰਬਸ ਬਹੁਤ ਹੀ ਜ਼ਿਆਦਾ ਘਟ ਨੇ ਕਿਉਂਕਿ ਅਸੀਂ ਇਸ ਦੇ ਵਿੱਚ ਆਟਾ ਨਹੀਂ ਯੂਜ਼ ਕਰ ਰਹੇ ਵੀਟ ਨਹੀਂ ਯੂਜ਼ ਕਰ ਰਹੇ ਤੇ ਸੂਜੀ ਨਾਲ ਬਣ ਰਿਹਾ ਬਹੁਤ ਹੀ ਲਾਈਟ ਇਹੀ ਪ੍ਰੌਟੀਨ ਨੇ ਤੇ ਹੁਣ ਅਸੀਂ ਇਸ ਦੇ ਵਿੱਚ ਧਨੀਆ ਪੱਤਾ ਉਸ ਨੂੰ ਵੀ ਬਾਰੀਕ ਕੱਟ ਕੇ ਐਡ ਕਰ ਲਿਆ ਤੇ ਥੋੜਾ ਜਿਹਾ ਤੇਲ ਦਾ ਹੱਥ ਜਿਹੜਾ ਇਸ ਨੂੰ ਲਗਾਵਾਂਗੇ ਇਹ ਬਹੁਤ ਥੋੜਾ ਤੇਲ ਤਾਂ ਕਿ ਇੱਕਦਮ ਈਵਨ ਹੋ ਜਾਏ ਸਾਰੇ ਦਾ ਸਾਰਾ ਡੋ ਹੁਣ ਅਸੀਂ ਇਸ ਡੋ ਦੇ ਵਿੱਚੋਂ ਇੱਕ ਪੇੜਾ ਲਵਾਂਗੇ ਤੇ ਜੇ ਤੁਹਾਨੂੰ ਲੋੜ ਲੱਗੇ ਤਾਂ ਥੋੜਾ ਜਿਹਾ ਆਟਾ ਉਸ ਨੂੰ ਲਗਾ ਸਕਦੇ ਆ ਤੁਸੀਂ ਤੇ ਪੀੜਾ ਬਣਾ ਲਵਾਂਗੇ ਜਿਸ ਤਰ੍ਹਾਂ ਨਾਰਮਲ ਪੀੜਾ ਬਣਾਉਂਦੇ ਹੀ ਹੈਗੇ ਆ ਆਪਾਂ ਰੋਟੀ ਦੇ ਲਈ ਪਰੌਂਠੇ ਦੇ ਲਈ ਤੇ ਹੁਣ ਇਸ ਦੇ ਵਿੱਚ ਆਪਾਂ ਥੋੜੀ ਜੀ ਪਿਆਜ਼ਾਂ ਦੀ ਸਟਫਿੰਗ ਜਿਹੜੀ ਹੈਗੀ ਆ ਉਹ ਕਰਾਂਗੇ ਤੁਸੀਂ ਚਾਹੋ ਤਾਂ ਡੋਅ ਦੇ ਵਿੱਚ ਹੀ ਪਿਆਜ਼ ਜਿਹੜਿਆ ਉਹ ਐਡ ਕਰ ਸਕਦੇ ਆ ਅਸੀਂ ਤਾਂ ਨਹੀਂ ਕੀਤੇ ਕਿਉਂਕਿ ਉਹ ਪਾਣੀ ਛੱਡ ਸਕਦੀ ਨੇ ਜੇ ਡੋ ਥੋੜਾ ਟਾਈਮ ਪਿਆ ਰਹੇ ਤਾਂ ਇਸ ਲਈ ਅਸੀਂ ਨਾਲ ਹੀ ਨਾਲ ਜਿਹੜਾ ਸੀਗਾ ਆ ਥੋੜੇ ਥੋੜੇ ਪਿਆਜ਼ ਇਸ ਦੇ ਵਿੱਚ ਐਡ ਕੀਤੇ तो बेलना स्टार्ट कर दिता बहुत ही ईजी ये परौंठे बन जाते हैं बहुत ही ज़्यादा यमी टेस्टी बनते ने और हैल्दी भी ने क्योंकि इस दे तुसी ज़्यादा भी खा लोगे तो थानू बहुत ही हल्कापन ही महसूस होएगा भारीपन महसूस नहीं होएगा आटा नहीं है का ते आलू भी बहुत घट ने पर स्वाद बहुत ज़्यादा ने ट्राई जरूर करो ਤੇ ਤੁਹਾਨੂੰ ਕਿਦਾਂ ਦੇ ਲੱਗੇ ਤੁਸੀਂ ਸਾਨੂੰ ਜਰੂਰ ਦੱਸਿਓ ਤੁਸੀਂ ਚਾਹੋ ਤਾਂ ਇਸ ਦੇ ਉੱਤੇ ਦੇਸੀ ਘੀ ਲਗਾ ਸਕਦੇ ਆ ਦਾਲ ਦਾ ਜਾਂ ਆਇਲ ਕੋਈ ਵੀ ਲਗਾ ਸਕਦੇ ਆ ਜੇਕਰ ਤੁਸੀਂ ਸਕਿਪ ਕਰਨਾ ਚਾਹੁੰਦੇ ਆ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਬਿਨਾ ਘੀ ਤੇਲ ਤੋਂ ਵੀ ਇਸ ਨੂੰ ਖਾਧਾ ਜਾ ਸਕਦਾ ਹੈ ਬਹੁਤ ਹੀ ਸੁਆਦ ਬੰਦੀ ਨੇ ਤੇ ਹੁਣ ਇਹ ਬਿਲਕੁਲ ਰੈਡੀ ਨੇ ਆਪਾਂ ਦੋਨੋਂ ਪਾਸਿਓਂ ਘੀ ਲਗਾ ਕੇ ਇਹਨਾਂ ਨੂੰ ਸੇਕ ਲਿਆ ਚੰਗੀ ਤਰ੍ਹਾਂ ਦੇ ਨਾਲ ਤੇ ਮਿੰਟਾਂ ਦੇ ਵਿੱਚ ਰੈਡੀ ਹੋ ਜਾਣ ਵਾਲੀ ਰੈਸিপি ਹੈ ਕੀ ਆ ਇਸ ਤਰ੍ਹਾਂ ਦੇ ਨਾਲ ਅਸੀਂ ਬਾਕੀ ਸਾਰੇ ਪਰੌਂਠੇ ਵੀ ਬਣਾਏ ਦੇਖੋ ਕਿੰਨੇ ਜਿਆਦਾ ਸੌਫਟ ਬਣੇ ਨੇ ਤੇ ਇੰਨੇ ਜਿਆਦਾ ਸੌਫਟ ਤੇ ਬਹੁਤ ਹੀ ਜਿਆਦਾ ਲਾਈਟ ਟੇਸਟੀ ਤੇ ਹੈਲਦੀ ਪਰੌਂਠੇ ਜਿਨ੍ਹਾਂ ਨੂੰ ਤੁਸੀਂ ਇੱਕ ਵਾਰੀ ਬਣਾਉਂਗੇ ਤਾਂ ਤੁਸੀਂ ਬਾਰ-ਬਾਰ ਬਣਾਉਣਾ ਚਾਹੋਗੇ ਤੇ ਟ੍ਰਾਈ ਜਰੂਰ ਕਰਿਓ ਕਿਦਾਂ ਦੇ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ